ਇਤਿਹਾਸਿਕ ਖਗੋਲ ਵਿਗਿਆਨ ਦੇ ਬਾਰੇ ਤੁਸੀਂ ਕੰਮ ਕੀਤਾ ਤੁਸੀਂ ਹਿਜਰੀ ਤੇ ਵੀ ਕੰਮ ਕੀਤਾ ਜੀ ਅ ਮੁਸਲਮਾਨ ਦੇਸ਼ਾਂ ਦੇ ਵਿੱਚ ਜਾਂ ਉਹਨਾਂ ਲੋਕਾਂ ਨੇ ਉਸ ਨੂੰ ਪ੍ਰਸ਼ੰਸਾ ਕੀਤੀ ਹੈ ਜੀ ਫਿਰ ਤੁਸੀਂ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਨਾਨਕਸ਼ਹੀ ਕੈਲੰਡਰ ਤੇ ਕਾਰਜ ਕੀਤਾ ਜੀ ਜਿਹੜਾ ਉਹ ਹਿਜਰੀ ਕੈਲੰਡਰ ਦਾ ਆਧਾਰ ਮੰਨਿਆ ਹਾਂ ਜੀ ਉਸ ਨੂੰ ਤੁਸੀਂ ਜੇ ਸਮਝ ਲਿਓ ਕਿ ਜਿਹੜੀਆਂ ਵੱਖਰੀਆਂ ਤਰੀਕਾ ਉਹਨਾਂ ਦੀਆਂ ਹਨ ਜਿਸ ਕੈਲੰਡਰ ਦੇ ਅਕੋਰਡਿੰਗਲੀ ਉਹਨੂੰ ਤਿਆਰ ਕੀਤਾ ਤੇ ਸਿੱਖ ਧਰਮ ਦਾ ਜਿਹੜਾ ਨਾਨਕਸ਼ਾਈ ਹੈ ਉਸ ਦਾ ਪ੍ਰਬੰਧ ਉਸ ਤੋਂ ਬਿਲਕੁਲ ਵੱਖਰਾ ਰੱਖਿਆ ਇਸ ਦਾ ਕਾਰਨ ਕੀ ਜਿਹੜਾ ਹਿਜਰੀ ਕੈਲੰਡਰ ਆ ਉਹ ਪਿਓਰਲੀ ਸ਼ੁੱਧ ਲਿਓਨਰ ਕੈਲੰਡਰ ਆ ਅੱਛਾ ਸ਼ੁੱਧ ਲਿਓਨਰ ਕੈਲੰਡਰ ਦਾ ਮਤਲਬ ਇਹ ਹੈ ਕਿ ਉਸ ਕੈਲੰਡਰ ਨੂੰ ਸੂਰਜ ਦੇ ਨਾਲ ਜੋੜਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਇਸ ਵਾਸਤੇ ਉਹ ਕੈਲੰਡਰ ਜਿਹੜਾ ਸਿੰਪਲ ਆ ਕਿ 10 ਜਾਂ 11 ਦਿਨ ਪਹਿਲਾਂ ਅਗਲੇ ਸਾਲ ਉਹਨਾਂ ਦਾ ਉਹਨਾਂ ਦੇ ਦਿਹਾੜੇ ਆਉਣੇ ਆ ਇਸ ਵਾਸਤੇ ਅਪਰੋਕਸੀਮੇਟਲੀ ਉਹਨਾਂ ਨੂੰ ਪਤਾ ਹੈ ਕਿ ਜੇ ਇਸ ਵੇਲੇ ਉਹਨਾਂ ਦਾ ਕੋਈ ਇੰਪੋਰਟੈਂਟ ਦਿਹਾੜਾ 2010 ਵਿੱਚ 31 ਦਸੰਬਰ ਨੂੰ ਆ ਤੇ ਅਗਲੇ ਸਾਲ ਨੂੰ ਉਹ 10 ਦਿਨ ਪਹਿਲਾਂ 21 ਦਸੰਬਰ ਦੇ ਨੇੜੇ ਹੋਵੇਗਾ ਜਾਂ ਇੱਕ ਅੱਧੇ ਦਿਨ ਦੇ ਫਰਕ ਨਾਲ ਇਸ ਵਾਸਤੇ ਉਹਨਾਂ ਦਾ ਕੈਲੰਡਰ ਸਿੰਪਲ ਆ ਜਿਹੜਾ ਬਿਕਰਮੀ ਕੈਲੰਡਰ ਦਾ ਲਿਓਨਰ ਪਾਰਟਾ ਕਿਉਂਕਿ ਉਹ ਸ ਨੂੰ ਸੂਰਜ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਆ ਕੋਸ਼ਿਸ਼ ਕੀਤੀ ਗਈ ਆ ਇਸ ਵਾਸਤੇ ਜੇ ਸੂਰਜੀ ਕੈਲੰਡਰ ਵਿੱਚ ਜਿਹੜੀ ਗਲਤੀ ਆ ਜਾਂ ਉਹ ਮੌਸਮੀ ਸਾਲ ਨਾ ਹੋਣ ਦੇ ਕਾਰਨ ਉਸ ਦੇ ਵਿੱਚ ਜਿਹੜੀਆਂ ਸਗਰਾਂਦਾਂ ਬਦਲਦੀਆਂ ਜਾਂਦੀਆਂ ਉਸ ਕੈਲੰਡਰ ਵਿੱਚ ਜਿਹੜੀ ਡ੍ਰਿਫਟ ਆ ਕਿਉਂਕਿ ਚੰਦਰਮਾ ਵੀ ਸੂਰ ਉਹਦੇ ਨਾਲ ਜੁੜਿਆ ਹੈ ਚੰਦਰਮਾ ਦਾ ਕੈਲੰਡਰ ਇਸ ਵਾਸਤੇ ਚੰਦਰਮਾ ਦੀਆਂ ਤਰੀਖਾਂ ਵੀ ਨਾਲੋਂ ਨਾਲ ਗਾਂ ਨੂੰ ਹੋਈ ਜਾਂਦੀਆਂ ਉਸ ਦੀ ਮੈਂ ਪ੍ਰਾਈਮ ਐਗਜ਼ਾਮਪਲ ਦੇਣਾ ਜਿਹੜੀਆਂ 2099 29 ਸੌਰੀ ਉਹ 2999 ਵਿੱਚ ਜਿਹੜੀ ਮੈਂ ਦੱਸੀ ਆ ਕਿ ਵਿਸਾਖੀ ਦੀਆਂ ਤਰੀਖਾਂ ਆ ਆ ਤੇ 7999 ਦੇ ਵਿੱਚ ਗੁਰਨਾਨਕ ਪਾਤਸ਼ਾਹ ਦਾ ਗੁਰਪੁਰਬ ਵੀ ਕਿਉਂ ਬਿਕਰਮੀ ਕੈਲੰਡਰ ਅਨਸਾਰ ਜਿਹੜਾ ਕਿ ਕਤਕ ਸੁਦੀ ਪੂਰਨਵਾਸੀ ਨੂੰ ਬਿਕਰਮੀ ਕੈਲੰਡਰ ਅਨਸਾਰ ਆ ਉਹ ਵੀ ਦਸੰਬਰ ਦੀ 13 14 ਤਰੀਕ ਨੂੰ ਆ ਵਜਾਏ ਨਵੰਬਰ ਤੇ ਅੱਛਾ ਤੇ ਉਦੋਂ ਅਗਲੇ ਸਾਲ 3000 ਸੰ ਦੇ ਵਿੱਚ ਗੁਰੂ ਗਵੈਨ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਉਹ ਫਰਵਰੀ ਦੇ ਪਹਿਲੇ ਹਫਤੇ ਫਰਵਰੀ ਦੀ 2-3 ਨੂੰ ਚਲੇ ਜਾਵੇਗਾ ਸੋ ਇਹ ਜਿਹੜੀਆਂ ਸ਼ਿਫਟਸ ਆ ਇਹ ਟੋਟਲੀ ਗੁਰਬਾਣੀ ਦੇ ਅਗੇਂਸਟ ਜਿਹੜੇ ਗੁਰਬਾਣੀ ਦੇ ਵਿੱਚ ਜੋ ਸਾਨੂੰ ਸੇਧ ਮਿਲ ਮਿਲਦੀ ਆ ਗੁਰਬਾਣੀ ਦੇ ਵਿੱਚ ਇਥੋਂ ਤੱਕ ਸੇਧ ਮਿਲਦੀ ਆ ਕਿ ਸਾਡਾ ਸਾਲ ਕਿੰਨਾ ਲੰਮਾ ਹੋਣਾ ਚਾਹੀਦਾ ਉਸ ਦੇ ਸੰਬੰਧ ਦੇ ਵਿੱਚ ਗੁਰੂ ਨਾਨਕ ਪਾਸ਼ਾ ਦੀ ਤੋਕ ਅਸਾੜ ਦੇ ਮਹੀਨੇ ਦੇ ਵਿੱਚ ਆ ਕਿ ਰਾਤ ਫਿਰੇ ਛਾਇਆ ਤਾਂ ਹਣ ਤੱਕ ਹੈ ਟੀਂਡ ਲਵੇ ਮੰਜ ਬਾਰੇ ਰਾਤ ਫਿਰਨ ਦੀ ਕਿਰਿਆ ਇਸ ਨੂੰ ਦੁਨੀਆ ਦੇ ਸਾਰੇ ਐਸਟਰੋਨੋਮੀ ਵਿੱਚ ਬਾਹਲੇ ਮੁਲਕਾਂ ਵਾਲੇ ਵੀ ਮੰਨਦੇ ਆ ਜੇ ਇਸ ਵੇਲੇ ਸੂਰਜ ਪਿਛਾ ਨੂੰ ਪਰਤਦਾ ਆ ਜੇ ਇਸ ਵੇਲੇ ਵਾਤਵਾਦ ਉਤਰਵਾਲ ਨੂੰ ਗਿਆ ਹੁੰਦਾ ਜੂਨ ਦੇ ਮਹੀਨੇ ਤੇ ਜਦੋਂ ਪਿਛਾ ਨੂੰ ਪਰਦਾ ਉਸ ਨੂੰ ਵਾਪਸ ਆਉਣਾ ਰਾਤ ਦਾ ਸੂਰਜ ਦਾ ਰਾਤ ਵਾਪਸ ਆਉਣਾ ਕਹਿੰਦੇ ਆ ਇਹ 22 ਦਸੰਬਰ ਦੇ ਵਿੱਚ ਸੂਰਜ ਜਦੋਂ ਵੱਤ ਵੱਦ ਅਖਣੂ ਗਿਆ ਅੰਦਾਜ਼ਾ ਜਦੋਂ ਵਾਪਸ ਪਰ ਪਰਦਾ ਉਸ ਨੂੰ ਰਿਟਰਨ ਆਫ ਦਾ ਸਨ ਜਾਰੀ ਰਿਟਰਨ ਆਫ ਦਾ ਜਾਰੀ ਹਣੇ ਸੂਰਜ ਦੇ ਰਾਤ ਨੂੰ ਮੋੜਦਾ ਕਹਿੰਦੇ ਆ ਇੱਕ ਸਾਲ ਰਾਤ ਜੇ ਇਸ ਵੇਲੇ ਪਿਛਾ ਨੂੰ ਮੁੜਦਾ ਜੀ ਤੇ ਦੂਏ ਸਾਲ ਜਦੋਂ ਫੇਰ ਮੁੜਦਾ ਆ ਇਹ ਜਿਹੜੀ ਲੰਬਾਈ ਆ ਉਹ ਮੌਸਮੀ ਸਾਲ ਦੀ ਲੰਬਾਈ ਆ ਜੀ ਇਹ ਸਾਨੂੰ ਇਸ ਡਾਇਰੈਕਸ਼ਨ ਟਾਕ ਵਿੱਚੋਂ ਮਿਲਦੀ ਆ ਤੇ ਇਹ ਲੰਬਾਈ ਅਸੀਂ ਨਾਨਕਸ਼ਾਈ ਕੈਲੰਡਰ ਦੀ ਰੱਖੀ ਆ ਜੀ ਪ੍ਰੈਸਰਬ ਕੋਈ ਦੇ ਖੇਤਰ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਡਾ ਵੱਡਾ ਕਾਰਜ ਹੈ ਤੇ ਤੁਸੀਂ ਹਿਜਰੀ ਤੇ ਨਾਨਕਸ਼ਹੀ ਕੈਲੰਡਰ ਦੇ ਮੁਤਲਕ ਵੀ ਦੱਸਿਆ ਕਿ ਇੱਕ ਸਪਸ਼ਟ ਤੌਰ ਤੇ ਲੂਨਰ ਬੇਸਡ ਹੈ ਇਸ ਕਰਕੇ ਉਸ ਦਾ ਆਪਣਾ ਜਿਹੜਾ ਪ੍ਰਬੰਧ ਹੈ ਇੱਕੋ ਪੱਕਾ ਹੈ ਦੂਸਰਾ ਲੂਨਰ ਤੇ ਸੋਲਰ ਇਕੱਠਿਆਂ ਦੋਨੇ ਪਾਸੇ ਮਿਕਸ ਕਰਕੇ ਦੋਹਰੀ ਗਲਤੀ ਦਾ ਜਿਹੜਾ ਸੰਦੇ ਉਹਦੇ ਵਿੱਚ ਹੈ ਜੀ ਸਮੱਸਿਆ ਇੱਥੇ ਖੜੀ ਹੁੰਦੀ ਹੈ ਕਿ ਜਦੋਂ ਇਹ ਕੈਲੰਡਰ ਦੀ ਹੋਂਦ ਵਾਸਤੇ ਤੁਸੀਂ ਸਾਰਿਆਂ ਨਾਲ ਵਿਚਾਰ ਵਿਮਰਸ਼ ਕਰ ਰਹੇ ਸੀ ਉਹ ਅਕਸਰ ਇਹ ਰੈਫਰੈਂਸ ਦਿੰਦੇ ਸੀ ਕਿ ਗੁਰੂ ਸਾਹਿਬ ਜਿੜੇ ਇਹ ਦਿਨ ਤਿਹਾੜ ਜਿਹੜੇ ਸਨ ਇਹ ਪੁਰਬ ਸਨ ਇਹ ਇਹਦੇ ਮੁਤਾਬਕ ਮਨਾਏ ਜਾਂਦੇ ਸਨ ਹੁਣ ਅਸੀਂ ਇਸ ਨੂੰ ਤਬਦੀਲ ਕਰ ਲਿਆ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜੇ ਮਹਾਪੁਰਸ਼ ਯੁੱਗਪੁਰਸ਼ ਹੋਏ ਨੇ ਉਹਨਾਂ ਦੇ ਬਾਅਦ ਕੀ ਕੋਈ ਸਿਸਟਮ ਕੋਈ ਪ੍ਰਬੰਧ ਐਸਾ ਤਿਆਰ ਹੋਇਆ ਪਹਿਲਾਂ ਵੀ ਜਿਹਦੇ ਮੁਤਾਬਕ ਇੱਕ ਉਸ ਨੂੰ ਯੂਨੀਫਾਰਮ ਕੀਤਾ ਜਾਏ ਜਿਦੇ ਚ ਉਹਨਾਂ ਦੇ ਸੰਦੇਸ਼ ਦੀ ਅਵਗਿਆ ਵੀ ਨਾ ਹੋਵੇ ਤੇ ਜਿਦੇ ਨਾਲ ਦੁਨੀਆ ਦੇ ਅਸੀਂ ਬਰਾਬਰ ਚੱਲ ਵੀ ਸਕੀਏ ਹਾਂ ਬਿਲਕੁਲ ਤੁਹਾਡਾ ਜਿਹੜਾ ਸਵਾਲ ਬੜਾ ਇੰਪੋਰਟੈਂਟ ਹੈਗਾ ਆ ਜਿਸ ਵੇਲੇ ਜਿਹੜੇ ਕੈਲੰਡਰ ਆ ਉਹ ਕਦੇ ਵੀ ਕਿਸੇ ਧਰਮ ਦੇ ਮੋਢੀ ਨੇ ਨਹੀਂ ਬਣਾਏ ਜੀ ਜਿਹੜਾ 크੍ਰਿਸਚੀਅਨ ਕੈਲੰਡਰ ਆ ਉਹ Hazrat Isa ਦਾ ਨਹੀਂ ਬਣਾਇਆ ਹੈ ਜੀ ਉਹਨਾਂ ਦੇ ਪੈਰੋਕਾਰਾਂ ਦਾ ਹੈ ਜਿਹੜਾ ਹਿਜਰੀ ਕੈਲੰਡਰ ਆ ਉਹ Hazrat Muhammad ਸਾਹਿਬ ਦਾ ਨਹੀਂ ਬਣਾਇਆ ਜੀ ਉਹਨਾਂ ਦੇ ਪਹਿਰੋਕਾਰਾਂ ਨੇ ਬਾਅਦ ਦੇ ਵਿੱਚ ਬਣਾਇਆ ਹੈ। ਇਵੇਂ ਬਿਕਰਮੀ ਕੈਲੰਡਰ ਜਿਹੜਾ ਆ ਇਹ ਕਿਹਾ ਜਾਂਦਾ ਹੈ ਕਿ ਮਹਾਰਾਜਾ ਬਿਕਰਮਾ ਜੀ ਜਦੋਂ ਤਖਤ ਤੇ ਬਰਾਜਮਾਨ ਹੋਏ ਤੇ ਉਹਨਾਂ ਤੋਂ ਸ਼ੁਰੂ ਹੁੰਦਾ ਆ ਪਰ ਇਸ ਦਾ ਜ਼ਿਕਰ ਬਿਕਰਮਾ ਜੀ ਤੋਂ 8900 ਸਾਲ ਬਾਅਦ ਕਿਤੇ ਆਉਂਦਾ ਆ। ਅੱਛਾ ਇਸ ਵਾਸਤੇ 8900 ਸਾਲ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਬਿਕਰਮਾ ਜੀ ਦਾ ਕੈਲੰਡਰ ਹੈ ਜਾਂ ਨਹੀਂ ਹੈ। ਸੋ ਜਿਹੜੇ ਕੈਲੰਡਰ ਦੇ ਵਿੱਚ ਤਬਦੀਲੀ ਆ ਇਹ ਹੁੰਦੀਆਂ ਆ ਜਿਵੇਂ ਕਿ 1582 ਵਿੱਚ ਪੋਪ ਗ੍ਰੈਗਰੀ ਨੇ ਜਿਹੜਾ ਜੂਲੀਅਨ ਕੈਲੰਡਰ ਸੀਗਾ ਕ੍ਰਿਸਚੀਅਨ ਦਾ ਉਸ ਦੇ ਵਿੱਚ ਸੋਧ ਕੀਤੀ ਤੇ ਉਸ ਨੂੰ ਐਸਟਰੋਨੋਮੀ ਦੇ ਮਤਵਕ ਟ੍ਰੋਪੀਕਲ ਈਅਰ ਦੇ ਮਤਵਕ ਕੀਤਾ ਉਸ ਵੇਲੇ ਵੀ ਇਸ ਸੋਧ ਦੇ ਖਿਲਾਫ ਇੰਨੀ ਆਵਾਜ਼ ਉੱਠੀ ਸੀ ਜਿੰਨੀ ਕਿ ਨਾਨਿਕਸ਼ਾਈ ਕੈਲੰਡਰ ਦੇ ਖਿਲਾਫ ਉੱਠੀ ਤੇ ਉਹ ਤੋਂ ਵੀ ਜ਼ਿਆਦਾ ਸੋ ਪਰ ਉਹਨਾਂ ਨੇ ਵੀ ਕਮੇਟੀ ਬਣਾਈ ਸੀ ਕਿ ਮੈਟੀ ਦੀਆਂ ਰეკਮੈਂਡੇਸ਼ਨ ਮੰਨ ਲਈਆਂ ਤੇ ਅਸੀਂ ਸਾਰੇ ਉਸ ਕੈਲੰਡਰ ਨੂੰ ਮੰਨ ਰਹੇ ਹਾਂ ਜੀ ਪਰ ਉਸ ਕੈਲੰਡਰ ਦੇ ਵਿੱਚ ਤਬਦੀਲੀਆਂ ਆਈਆਂ ਨੂੰ ਤਕਰੀਬਨ 400 ਸਾਲ 1582 ਤੋਂ ਲੈ ਕੇ ਹੁਣ ਤਾਈ ਸਵਾ 400 ਸਾਲ ਹੋ ਗਏ ਤੇ ਹਜੇ ਵੀ ਕੁਝ ਸੰਸਥਾਵਾਂ ਆ ਜਿਹੜੀਆਂ ਗ੍ਰੈਗਰੀ ਦੇ ਜਾਂ ਅੰਗਰੇਜ਼ੀ ਦੇ ਅੱਜ ਕੱਲ੍ਹ ਕੈਲੰਡਰ ਨੂੰ ਨਹੀਂ ਮੰਨਦੀਆਂ ਉਹ ਆਪਣੀ ਜਿਹੜੀ 크리스마ਸ ਹੈ ਜੀ ਉਹ ਆਪਣੇ ਪੁਰਾਣੇ ਜੂਲੀਅਨ ਕੈਲੰਡਰ ਦੇ ਮੁਤਾਬਕ 25 ਦਸੰਬਰ ਨੂੰ ਮਨਾਉਂਦੇ ਹਨ ਤੇ 25 ਦਸੰਬਰ ਨੂੰ ਜਿਹੜਾ ਉਹਨਾਂ ਦਾ ਅੱਜ ਕੱਲ 7 ਜਨਵਰੀ ਨੂੰ ਆਉਂਦਾ ਹੈ। ਅੱਛਾ ਸੋ ਇਸ ਹਸਤੇ ਤੁਸੀਂ 7 ਜਨਵਰੀ ਅਖਬਾਰ ਪੜ੍ਹ ਕੇ ਦੇਖ ਲਿਓ। ਜੀ ਔਰਥੋਡੌਕਸ ਗ੍ਰੀਕ ਚਰਚ ਰਸ਼ੀਅਨ ਚਰਚ ਔਰਥੋਡੌਕਸ ਤੇ ਯੂਕਰੇਨੀਅਨ ਔਰਥੋਡੌਕਸ ਚਰਚ ਇਨਾ ਨੇ ਹਜੇ ਤਾਈ ਸਵਾ 400 ਸਾਲ ਹੋ ਗਿਆ ਕੈਲੰਡਰ ਨਹੀਂ ਮੰਨਿਆ ਸੋ ਇਹ ਸਮੱਸਿਆ ਵਾ ਦੁਨੀਆ ਦੇ ਹਰ ਧਰਮ ਦੇ ਵਿੱਚ ਹੁੰਦੀਆਂ ਹਨ ਕੁਝ ਸੱਜਣ ਇਦਾਂ ਹੁੰਦੇ ਜਿਨ੍ਹਾਂ ਨੇ ਗੱਲ ਮੰਨਣੀ ਨਹੀਂ ਭਾਵੇਂ ਕਿੰਨੀ ਸਾਇੰਟਿਫਿਕ ਹੋਵੇ ਭਾਵੇਂ ਕਿੰਨੀ ਸਹੀ ਹੋਵੇ ਉਹਦੇ ਚ ਇੱਕ ਤੁਸੀਂ ਬੜੀ ਸੁਣੀ ਗੱਲ ਕੀਤੀ ਹੈ ਕਿ 7 ਜਨਵਰੀ ਨੂੰ ਭਾਵੇਂ ਅਜੇ ਵੀ ਕਈ ਇਸ ਕ੍ਰਿਸਮਸ ਨੂੰ ਇਉਂ ਮਨਾਉਂਦੇ ਆ ਹਾਲਾਂਕਿ ਬੱਚੇ-ਬੱਚੇ ਨੂੰ ਪਤਾ ਕਿ ਕ੍ਰਿਸਮਸ ਦਾ ਜਿਹੜਾ ਦਿਨ ਹੈ 25 ਦਸੰਬਰ ਦਾ ਕਿਉਂ ਪ੍ਰਚਲਿਤ ਹੋ ਗਿਆ ਪਰ ਚਲ ਹਾਂਜੀ